ਪੰਜਾਬੀ ਫਿਲਮਾਂ ਦੇ ਪਰਦੇ 'ਚ ਕਈ ਸਿੰਗਰਸ ਫਿਲਮੀ ਕਹਾਣੀਆਂ ਨੂੰ ਦਰਸਾਉਂਦੇ ਹੋਏ ਨਜ਼ਰ ਆਏ। ਹੁਣ ਵਾਰੀ ਹੈ ਮੰਨਤ ਸਿੰਘ ਦੀ, ਜੋ ਕਿ ਵੱਡੇ ਪਰਦੇ 'ਚ ਇੱਕ ਸਿੰਗਰ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ ਫਿਲਮ ਅਰਸ਼ੋ ਵਿੱਚ। ਇੱਕ ਸਿੰਗਰ ਜੋੜੀ ਦੇ ਉੱਪਰ ਆ, ਜਿਵੇਂ ਕਿ ਆਪਣੇ ਆਪਣੇ ਪੰਜਾਬ 'ਚ ਤਾਂ ਫੇਮਸ ਕਿੰਨੀਆਂ ਜੋੜੀਆਂ ਹੋਈਆਂ, ਅਤੇ ਮੈਨੂੰ ਬੜੀ ਹੈਰਾਨੀ ਹੁੰਦੀ ਕਿ ਸਾਡੇ ਜਿਹੜੀ ਇੰਡਸਟਰੀ ਆ, ਸਾਡੇ ਪੰਜਾਬ ਨੇ ਇੰਨੇ ਵੱਡੇ ਵੱਡੇ ਸਿੰਗਰਸ ਦਿੱਤੇ ਹਨ, ਇੰਨੀਆਂ ਮੂਵੀਜ਼ ਬਣ ਰਹੀਆਂ, ਕਿਸੇ ਔਰ ਸਿੰਗਰ ਹੀਰੋ ਆ ਰਿਹਾ, ਕਿਸੇ ਨੇ ਐਜ਼ ਅ ਸਿੰਗਰ ਕੋਈ ਆਪਣੇ ਆਪ ਨੂੰ ਪੇਸ਼ ਹੀ ਨਹੀਂ ਕੀਤਾ। ਔਰ ਈਵਨ ਜੋੜੀਆਂ ਜਿਹੜੀਆਂ ਇੰਨੀਆਂ, ਅੱਜ ਵੀ ਤੁਸੀਂ ਪਿੰਡਾਂ 'ਚ ਜਾਓ ਜਾਂ ਕਿਤੇ ਵੀ ਸੁਣ ਲਓ, ਤੁਹਾਨੂੰ ਹਮੇਸ਼ਾ ਪੁਰਾਣੇ ਗਾਣੇ ਇੰਨੇ ਸੋਹਣੇ ਲੱਗੂਗੇ, ਜਾਂ ਹਰ ਬੰਦਾ ਉਹੀ ਗਾਣੇ ਸੁਣਦਾ। ਅਸੀਂ ਬੇਸਿਕਲੀ ਉਹ ਟਰੈਕ ਚੱਕਿਆ ਸੀਗਾ ਕਿ ਇੱਦਾਂ ਦਾ ਕਿ ਹਾਂ, ਇੱਕ ਜੋੜੀ ਦੇ ਉੱਪਰ ਫਿਲਮ ਬਣਾਈਏ, ਫਿਰ ਉਹਨਾਂ ਦੀ ਲਾਈਫ ਦੇ ਵਿੱਚ ਰੀਅਲ ਲਾਈਫ 'ਚ ਕੀ ਹੁੰਦਾ ਆ, ਮਤਲਬ ਬੇਸਿਕਲੀ ਜਦੋਂ ਸਾਰਿਆਂ ਦੇ ਸਾਹਮਣੇ ਆ ਅਤੇ ਲੋਕਾਂ ਨੂੰ ਲੱਗਦਾ ਕਿ ਹਾਂ ਇਹਨਾਂ ਦੀ ਆਪਸ 'ਚ ਬੜੀ ਅੱਛੀ ਅੰਡਰਸਟੈਂਡਿੰਗ ਹੋਣੀ, ਬਟ ਜਦੋਂ ਸਟੇਜ 'ਤੇ ਉਤਰਦੇ ਆ ਉਹਨਾਂ ਦੇ ਵਿੱਚ ਕਿੱਦਾਂ ਦੀ ਅੰਡਰਸਟੈਂਡਿੰਗ ਆ, ਇੱਦਾਂ ਦੀ ਸਟੋਰੀ ਆ। ਬੇਸਿਕਲੀ ਇੱਕ ਜਰਨੀ ਆ ਇੱਕ ਸਿੰਗਰ ਦੀ। ਇਹ ਫਿਲਮ ਅੱਜ ਕੱਲ੍ਹ ਚੱਲ ਰਹੀਆਂ ਕਾਮੇਡੀ ਫਿਲਮਾਂ ਤੋਂ ਹਟ ਕੇ ਹੋਣ ਦੀ ਉਮੀਦ ਹੈ। ਬੇਸਿਕਲੀ ਬਹੁਤ ਕੁਛ ਦੇਖਣ ਨੂੰ ਮਿਲੂਗਾ, ਸਿਰਫ ਮੁਹਾਵਰਿਆਂ ਵਾਲੀ ਕਾਮੇਡੀ ਨਹੀਂ ਮਿਲੂਗੀ। ਮਤਲਬ ਜਦੋਂ ਮਤਲਬ ਸਾਡੀ ਆਡੀਅੰਸ ਦੇਖੂਗੀ, ਇੱਕ ਸਟੋਰੀ ਪ੍ਰੋਪਰ ਉਹਨਾਂ ਨੂੰ ਦਿਖੂਗੀ, ਕਿ ਬਿਨਾਂ ਵਜ੍ਹਾ ਦੇ ਮੁਹਾਵਰੇ ਨਹੀਂ ਹੋਗੇ ਕਿ ਹਾਂ ਪੰਜਾਬੀਆਂ ਨੂੰ ਜਿੱਦਾਂ ਹੈਗਾ ਨਾ ਕਿ ਕਾਮੇਡੀ ਕਾਮੇਡੀ, ਕਿੰਨੀਆਂ ਮੂਵੀਜ਼ ਹੈਗੀਆਂ ਕਾਮੇਡੀ, ਉਹ ਥੋੜ੍ਹੀ ਉਸ ਤੋਂ ਹਟ ਕੇ ਆ। ਮਤਲਬ ਸਾਡੀ USB ਸਾਰੀ ਮਿਊਜ਼ਿਕ ਐਂਡ ਇਮੋਸ਼ਨਸ ਦੇ ਉੱਪਰ ਖੇਡਿਆ। ਇਸ ਫਿਲਮ 'ਚ ਮੰਨਤ ਲਈ ਸਿੰਗਰ ਦੀ ਭੂਮਿਕਾ ਨਿਭਾਉਣਾ ਸ਼ਾਇਦ ਇੰਨੀ ਔਖੀ ਗੱਲ ਨਹੀਂ ਸੀ, ਕਿਉਂਕਿ ਮੰਨਤ ਆਪ ਵੀ ਗਾਉਂਦੇ ਰਹੇ ਨੇ, ਪਰ ਹਾਂ ਇਸ ਕਿਰਦਾਰ ਲਈ ਉਹਨਾਂ ਨੇ ਟ੍ਰੇਨਿੰਗ ਜ਼ਰੂਰ ਲਈ ਹੈ। ਮੈਂ ਕਾਲਜ ਤੋਂ ਹੀ ਗਾਉਂਦੀ ਸੀ, ਮੈਂ ਕਾਫੀ ਸਾਰੀਆਂ ਐਲਬਮਸ ਵੀ ਕੀਤੀਆਂ, ਅਤੇ ਉਹ ਇੰਨਾ ਜ਼ਿਆਦਾ ਨਹੀਂ, ਬਟ ਹਾਂ ਮੈਂ ਟ੍ਰੇਨਿੰਗ ਲਈ ਸੀ ਥੋੜ੍ਹਾ, ਕਿਉਂਕਿ ਤੁਸੀਂ ਐਜ਼ ਅ ਸਿੰਗਰ ਆ ਰਹੇ ਹੋ ਅਤੇ ਸਾਰੇ ਗਾਣੇ ਵੀ ਮੈਂ ਹੀ ਗਾਏ ਆ। ਮੇਰੇ ਜਿਹੜੇ ਓਪੋਜ਼ਿਟ ਹੈਗੇ ਨੇ ਦਕਸ਼ਜੀਤ ਸਿੰਘ, ਜਿਹੜੇ ਹੀਰੋ ਆ, ਉਹਨਾਂ ਨੇ ਵੀ ਆਪੇ ਹੀ ਆਪਣੀ ਆਵਾਜ਼ 'ਚ ਹੀ ਗਾਣੇ ਕੀਤੇ ਆ। ਅਤੇ ਸਾਡੀ ਹਾਂ ਪਹਿਲਾਂ ਆਪਾਂ ਵਰਕਸ਼ਾਪ ਲਈ ਸੀ ਐਜ਼ ਅ ਸਿੰਗਰ, ਕਿ ਅਸੀਂ ਉਹਨੂੰ ਗਾਉਣਾ ਆ ਉੱਥੇ, ਉਹ ਆਪਾਂ ਕੀਤੀ ਸੀ, ਟ੍ਰੇਨਿੰਗ ਲਈ ਸੀ। ਫਿਲਮ ਦੇ ਪ੍ਰੋਮੋ ਦੇਖ ਕੇ ਇੰਝ ਲੱਗ ਰਿਹਾ ਹੈ ਕਿ ਇਸ ਫਿਲਮ ਵਿੱਚ ਇੱਕ ਫੀਮੇਲ ਆਰਟਿਸਟ ਨੂੰ ਕੁਝ ਕਰਨ ਦਾ ਮੌਕਾ ਮਿਲਿਆ। ਸਾਡੀਆਂ ਫਿਲਮਾਂ ਦੀ ਦੇ ਵਿੱਚ ਜਿੰਨੀਆਂ ਵੀ ਹੀਰੋਇਨਸ, ਉਹਨਾਂ ਨੂੰ ਛੂਈ ਮੂਈ ਜੀ ਬਣਾ ਕੇ ਲਵ ਟ੍ਰਾਇੰਗਲ ਪਾਤਾ, ਪਿਆਰ ਕਰ ਲਿਆ, ਨੱਚ ਲਿਆ, ਗਾ ਲਿਆ, ਉਹ ਕੁੜੀ ਦੀ ਜਿਹੜੀ ਅਸਲ ਟੈਲੈਂਟ ਹੈ ਉਹ ਤਾਂ ਕਦੀ ਕਿਸੇ ਨੇ ਦਿਖਾਇਆ ਨਹੀਂ ਹੈਗਾ। ਦਿਖਾਇਆ ਜਾਵੇ ਹੁਣ ਮੇਰੀ ਮਾਂ ਆ ਜਾਂ ਮੇਰੀ ਭੈਣ ਆ, ਉਹ ਘਰ ਦੇ ਵਿੱਚ ਆ, ਬਟ ਉਹ ਇੱਕ ਮਾਂ ਦਾ ਕੈਰੈਕਟਰ ਅਲੱਗ ਨੇ ਬਾਰੇ, ਬਟ ਬੇਸਿਕਲੀ ਉਹਨਾਂ ਦੀ ਇੱਕ ਪਰਸਨੈਲਿਟੀ ਤਾਂ ਹੈ ਨਾ, ਇੱਕ ਵੂਮਨ ਦੇ ਤੌਰ 'ਤੇ ਉਹ ਕਿੱਦਾਂ ਦੀ ਆ, ਕਦੀ ਕੋਈ ਪ੍ਰੋਬਲਮ ਹੁੰਦੀ ਆ ਘਰ ਦੇ ਵਿੱਚ, ਸਭ ਤੋਂ ਪਹਿਲਾਂ ਵੂਮਨ ਜਿਹੜੀ ਹੁੰਦੀ ਉਹੀ ਸੈਕਰੀਫਾਈਸ ਕਰਦੀ ਹਰ ਚੀਜ਼ ਲਈ, ਉਹ ਚੀਜ਼ ਅੱਜ ਤੱਕ ਕਿਸੇ ਨੇ ਦਿਖਾਈ ਨਹੀਂ, ਮਤਲਬ ਸਾਡੀ ਟ੍ਰੈਜਡੀ ਆ ਪੰਜਾਬੀ ਫਿਲਮਾਂ ਦੀ। ਮੰਨਤ ਸਿੰਘ ਦਾ ਕਹਿਣਾ ਹੈ ਕਿ ਇਸ ਫਿਲਮ ਦਾ ਹੀਰੋ ਫਿਲਮ ਦੀ ਸਕ੍ਰਿਪਟ ਹੈ। ਵੱਡੀ ਗੱਲ ਹੈ ਕਿ ਫੀਮੇਲ ਹੀਰੋ ਨਹੀਂ ਹੈਗੀ ਹੈ, ਇਹ ਸਾਡੀ ਜਿਹੜੀ ਸਟੋਰੀ ਉਹ ਹੀਰੋ ਆ, ਸਾਡੀ ਜਿਹੜੀ ਸਟੋਰੀ ਲਾਈਨ ਉਹ ਹੀਰੋ ਆ, ਉਹ ਹੀਰੋ ਜਿਹੜੀ ਸਾਡੀ ਸਟੋਰੀ ਲਾਈਨ ਉਹ ਹੀਰੋਇਨ ਨੂੰ ਹੀਰੋ ਬਣਾ ਰਹੀ ਆ, ਅਤੇ ਹੀਰੋ ਵੀ ਹੈਗਾ, ਬਟ ਇਹ ਆ ਕਿ ਜਿਹੜੀ ਸਾਡੀ ਸਟੋਰੀ ਆ ਉਹ ਅਰਸ਼ੋ ਦੇ ਉੱਪਰ ਡਿਪੈਂਡ ਕਰਦੀ ਆ। ਦੈਟਸ ਵਾਈ ਇਹ ਨਹੀਂ ਕਹਿ ਸਕਦੇ ਕਿ ਫੀਮੇਲ ਹੀਰੋਇਨ ਆ, ਸਟੋਰੀ ਹੀਰੋਇਨ ਆ, ਸਟੋਰੀ ਹੀਰੋ ਆ। ਇਸ ਫਿਲਮ ਵਿੱਚ ਸਿੰਗਰ ਜੋੜੀ ਦੀ ਅਸਲੀ ਜ਼ਿੰਦਗੀ ਦੀ ਤਰਾਸਦੀ ਬਾਰੇ ਦੱਸਿਆ ਗਿਆ ਹੈ। ਅਸੀਂ ਵੀ ਮੰਨਤ ਤੋਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਇੱਕ ਕਲਾਕਾਰ ਦੀ ਜ਼ਿੰਦਗੀ ਵਿੱਚ ਕੀ ਤਰਾਸਦੀਆਂ ਹੁੰਦੀਆਂ ਨੇ। ਬੰਬੇ 'ਚ ਜਿੰਨੇ ਕੁ ਅੱਛੇ ਐਕਟਰ ਆ, ਜੇ ਮਤਲਬ ਬਹੁਤ ਜ਼ਿਆਦਾ ਨੂੰ ਨਹੀਂ ਮਿਲੀ, ਜਿਨ੍ਹਾਂ ਨੂੰ ਵੀ ਮੈਂ ਮਿਲੀ ਹਾਂ, ਆਪਣੀ ਲਾਈਫ ਤੋਂ ਫਰਸਟ੍ਰੇਟਡ ਹੁੰਦੇ ਆ। ਈਵਨ ਕਈ ਮੇਰੀਆਂ ਫਰੈਂਡਸ ਸੀਗੀਆਂ ਜਿਹੜੀਆਂ ਇੰਨੀਆਂ ਜਿਹੜੀਆਂ ਫਰਸਟ੍ਰੇਸ਼ਨ 'ਚ ਆ ਜਾਂਦੀਆਂ, ਸੁਸਾਈਡ ਕਮਿਟ ਕਰਨ ਲੱਗ ਪੈਂਦੀਆਂ, ਉੱਥੋਂ ਤੱਕ ਚਲੇ ਜਾਂਦੀਆਂ, ਮਤਲਬ ਉਹ ਹੈ ਉਹਨਾਂ ਦੀ ਰੀਅਲ ਔਰ ਰੀਅਲ ਲਾਈਫ 'ਚ ਬਹੁਤ ਫਰਕ ਆ। ਇਹ ਪੰਜਾਬ 'ਚ ਨਹੀਂ ਇੱਦਾਂ ਦਾ ਲੱਗਾ ਮੈਨੂੰ, ਕਿਉਂਕਿ ਮੈਂ ਪੰਜਾਬ 'ਚ ਜੋ ਮੈਂ ਕਾਫੀ ਜਣਿਆਂ ਨਾਲ ਕੰਮ ਕੀਤਾ, ਉਹ ਜਿੱਦਾਂ ਦੇ ਆਮ ਲਾਈਫ 'ਚ ਆ ਉੱਦਾਂ ਦਾ ਸੀਗਾ, ਉਹਦੇ 'ਚ ਰੀਅਲ ਅਤੇ ਰੀਅਲ ਲਾਈਫ 'ਚ ਕੋਈ ਜ਼ਿਆਦਾ ਫਰਕ ਨਹੀਂ ਸੀ। ਹੁਣ ਵੇਖਣਾ ਇਹ ਹੋਵੇਗਾ ਕਿ ਪੰਜਾਬੀ ਫਿਲਮ ਅਰਸ਼ੋ ਜਦੋਂ ਵੱਡੇ ਪਰਦੇ 'ਤੇ ਉਤਰੇਗੀ, ਲੋਕ ਇਸ ਫਿਲਮ ਨੂੰ ਕਿਸ ਤਰ੍ਹਾਂ ਦਾ ਪਿਆਰ ਦੇਣਗੇ। ਕੈਮਰਾਮੈਨ ਅਮਨਦੀਪ ਸਿੰਘ ਦੇ ਨਾਲ ਜੈਦੀਪ ਮਿੱਤਰਾ, ਡੇ ਨਾਈਟ ਨਿਊਜ਼, ਚੰਡੀਗੜ੍ਹ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦੇਖਾਂਗੇ ਯੂਟਿਊਬ ਤੇ।
ਸਾਨੂੰ ਫੋਲੋ ਕਰੋ ਟਵਿੱਟਰ 'ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।